ਬੀਤੇ ਦਿਨੀ ਸਫਾਈ ਕਰਮਚਾਰੀ ਸਰਦਾਰਾ ਸਿੰਘ ਅਤੇ ਉਸ ਦੇ ਨਾਲ ਲੇਬਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੇ ਅੱਜ ਸਫਾਈ ਕਰਮਚਾਰੀ ਯੂਨੀਅਨ ਨੇ ਹੜਤਾਲ ਕੀਤੀ। ਨਗਰ ਕੌਂਸਲ ਯੂਨੀਅਨ ਪ੍ਰਧਾਨ ਸ਼੍ਰੀ ਭਾਗਵਤ ਜੀ ਨੇ ਦੱਸਿਆ ਕਿ ਮਿਤੀ 19/8/2019 ਨੂੰ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨਾਲ ਸੰਨੀ ਵਿੱਚ ਕੰਮ ਕਰਦੇ ਸਮੇਂ ਉੱਥੋਂ ਦੇ ਵਸਨੀਕ ਇੱਕ ਜੱਜ ਵੱਲੋਂ ਦੁਰਵਿਹਾਰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਹਨਾਂ ਕਰਮਚਾਰੀਆਂ ਨੂੰ ਇਨਸਾਫ਼ ਦਿਵਾਉਣ ਲਈ 2 ਦਿਨ ਦਾ ਟਾਈਮ ਦਿੱਤਾ ਗਿਆ ਸੀ। ਕਰਮਚਾਰੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ DSP ਨੂੰ ਦਿੱਤੀ ਗਈ ਸੀ ਅਤੇ DSP ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇਹਨਾਂ ਨਾਲ ਇਨਸਾਫ ਜ਼ਰੂਰ ਹੋਵੇਗਾ। ਜੇਕਰ ਪ੍ਰਸ਼ਾਸਨ ਵੱਲੋਂ ਇਹਨਾਂ ਗਰੀਬ ਲੋਕਾਂ ਨੂੰ ਇਨਸਾਫ ਨਾ ਦਿਵਾਇਆ ਗਿਆ ਤਾਂ ਮਿਊਂਸੀਪਲ ਫਲਾਈ ਯੂਨੀਅਨ ਨਗਰ ਕੌਂਸਲ ਖਰੜ ਸੰਘਰਸ਼ ਨੂੰ ਪੰਜਾਬ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਹੋਰ ਤੇਜ਼ੀ ਕਰੇਗੀ, ਜਿਸ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਹ ਜਿਹੜੀ ਤੁਸੀਂ ਅੱਜ ਹੜਤਾਲ ਕੀਤੀ ਹੈ, ਇਹ ਕਿਸ ਵਜ੍ਹਾ ਨਾਲ ਕੀਤੀ ਹੈ? ਇਹ ਜੀ ਆਪਣਾ 17 ਤਰੀਕ ਨੂੰ ਨਾ ਅਸੀਂ ਜੀ ਆਪਣੇ MC ਜੋਲੀ ਸਾਹਿਬ ਦੇ ਕਹਿਣ ਦੇ ਨਾਲ ਇੱਕ ਪਾਰਕ ਦੀ ਸਫਾਈ ਕਰਨ ਵਾਸਤੇ ਕਿਹਾ ਸਾਨੂੰ ਜੋਲੀ ਸਾਹਿਬ ਨੇ ਵੀ ਫਲਾਣੇ ਪਾਰਕ ਦੀ ਸਫਾਈ ਕਰਨੀ ਹੈ। ਮੈਂ ਆਪਣੇ ਸਫਾਈ ਸੇਵਕਾਂ ਨੂੰ ਨਾਲ ਲੈ ਕੇ ਉਹ ਪਾਰਕ ਦੀ ਸਫਾਈ ਕਰਨ ਲੱਗ ਗਿਆ ਤਾਂ ਇੱਕ ਲਾਗ ਦੀ ਕੋਠੀ ਵਿੱਚੋਂ ਇੱਕ ਬਾਬੂ ਆਇਆ। ਉਹ ਬਾਬੂ ਨੇ ਆ ਕੇ ਸਾਨੂੰ ਕਹਿਣ ਲੱਗਿਆ ਸਾਨੂੰ ਤੁਸੀਂ ਕੌਣ ਹੈ, ਕਿਆ ਕਰਨਾ ਇੱਥੇ? ਸਾਨੂੰ ਜੀ ਇੰਨੀਆਂ ਗੰਦੀਆਂ ਗੱਲਾਂ ਬੋਲੀਆਂ ਉਹਨੇ, ਜਾਤੀ ਦੇ ਬਰਖਿਲਾਫ਼ ਵੀ ਬੋਲਿਆ, ਮੈਨੂੰ ਸਾਨੂੰ ਚੂੜੇ ਵੀ ਆਖਿਆ, ਉਹਦੇ ਬਾਅਦ ਕੁੱਤੇ ਵੀ ਆਖਿਆ ਸਾਨੂੰ ਉਹਨੇ। ਉਹ ਤੋਂ ਬਾਅਦ ਜੀ ਫਿਰ ਆਪਣਾ ਜੋਲੀ ਸਾਹਿਬ ਜਿਹੜਾ ਸਾਡਾ MC ਸੀ ਉਹ ਸਾਡੇ ਕੋਲ ਉਸ ਟਾਈਮ ਹਾਜ਼ਰ ਸੀ ਜੋਲੀ ਸਾਹਿਬ। ਫਿਰ ਉਸ ਤੋਂ ਬਾਅਦ ਉਹ ਜੋਲੀ ਸਾਹਿਬ ਕੋਲ ਚਲੇ ਗਏ। ਜੋਲੀ ਸਾਹਿਬ ਦੀ ਉਹਨਾਂ ਨੇ ਬਹੁਤ ਬੇਇੱਜ਼ਤੀ ਕਰੀ। ਫਿਰ ਅੱਗੇ ਪੱਤਰਕਾਰ ਖੜ੍ਹੇ ਸਾਡੇ ਕੈਮਰੇ ਲਈ, ਕੈਮਰੇ ਉਹਦੀ ਜਿਹੜਾ ਉਹ ਬਾਬੂ ਦੀ ਜਨਾਨੀ ਸੀ ਨਾ, ਉਹ ਜਨਾਨੀ ਨੇ ਮਤਲਬ ਉਹਨਾਂ ਦੇ ਕੈਮਰੇ ਵੀ ਤੋੜੇ, ਕੈਮਰੇ ਨੂੰ ਹੱਥ ਹੀ ਪਾਇਆ ਉਹਨਾਂ ਨੂੰ। ਉਹਦੇ ਬਾਅਦ ਉਹਨਾਂ ਨੂੰ ਵੀ ਬਹੁਤ ਗੰਦੀਆਂ, ਤੁਸੀਂ ਇੱਥੇ ਕੀ ਕਰਨ ਵਾਸਤੇ ਆਏ, ਕਿਆ ਕਰਨਾ ਹੈ, ਸਾਨੂੰ ਕਿਹਨਾਂ ਬੁਲਾਇਆ ਇੱਥੇ, ਫਲਾਣਾ, ਬਹੁਤ ਗੱਲਾਂ ਹੋਈਆਂ ਜੀ। ਫਿਰ ਜੀ ਜੋਲੀ ਸਾਹਿਬ ਨੇ ਆਪਣਾ ਫੋਨ ਕਰਿਆ, ਪੁਲਿਸ ਵੀ ਆ ਗਈ ਜੀ। ਪੁਲਿਸ ਤੋਂ ਬਾਅਦ ਫਿਰ ਜਰਨੈਲ ਸਿੰਘ ਬਾਜਵਾ ਵੀ ਆ ਗਿਆ ਉੱਥੇ। ਉਦੋਂ ਬਾਅਦ ਇਹਨਾਂ ਨੇ ਅੰਦਰ ਜਾ ਕੇ ਜੱਜ ਨਾਲ ਕੋਈ ਗਿੱਟ-ਮਿੱਟ ਕਰੀ ਹੈ, ਪਤਾ ਨਹੀਂ ਕਿਆ ਕਰਿਆ ਕਿਆ ਨਹੀਂ ਕਰਿਆ। ਅਤੇ ਉਹਦੇ ਬਾਅਦ ਸਾਡੇ 40-50 ਬੰਦੇ ਇਕੱਠੇ ਹੋ ਗਏ, ਸਾਰੇ ਸਫਾਈ ਕਰਮਚਾਰੀ 40-50 ਬੰਦੇ ਇਕੱਠੇ ਹੋਣ ਤੋਂ ਬਾਅਦ ਫਿਰ ਮੈਨੂੰ ਕਹਿੰਦਾ ਜੋਲੀ ਸਾਹਿਬ ਨਾ ਬਾਜਵਾ ਸਾਹਿਬ ਮੈਨੂੰ ਕਹਿੰਦਾ ਬਈ ਤੁਸੀਂ ਅਮਰੀਕ ਸਾਹਿਬ ਫੈਸਲਾ ਕਰ ਲਓ। ਮੈਂ ਕਿਹਾ ਫੈਸਲਾ ਤਾਂ ਕਰੂੰਗੇ ਅਸੀਂ, ਬਾਬੂ ਜੀ ਨੂੰ ਬਾਹਰ ਬੁਲਾ ਲਓ ਤੁਸੀਂ, ਬਾਬੂ ਜੀ ਸਾਥੇ ਸਾਰੇ ਬੰਦੇ ਦੇ ਮਾਫ਼ੀ ਮੰਗ ਲਵੇ, ਅਸੀਂ ਇੱਥੇ ਕੇਸ ਨੂੰ ਖਤਮ ਕਰ ਦਿੰਦੇ। ਉਹ ਬਾਬੂ ਬਾਹਰ ਆਇਆ ਨਹੀਂ ਹੈ, ਸਾਰਾ ਝਗੜਾ ਫੈਸਲਾ ਹੋ ਜਾਣੀ। ਅਗਲਾ ਸਾਡਾ ਇਹੀ ਕਦਮ ਹੈ ਸਾਡਾ, ਜਿਹੜਾ ਉਹਨਾਂ ਸਾਡੀ ਬੇਇੱਜ਼ਤੀ ਕਰੀ ਸਾਡੀ, ਸਾਨੂੰ ਗਾਲਾਂ ਕੱਢੀਆਂ, ਕੁੱਤੇ ਕਿਹਾ, ਜਾਤੀ ਦੇ ਬਰਖਿਲਾਫ਼ ਵੀ ਬੋਲਿਆ, ਉਹਦਾ ਕੋਈ ਨਾ ਕੋਈ ਜ਼ਰੂਰ ਫੈਸਲਾ ਹੋਣਾ ਚਾਹੀਦਾ। ਕੀ ਜਦੋਂ ਇਹ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਗਾਲ ਗਲੋਚ ਹੋਈ ਹੈ, ਇਹ ਤੁਹਾਡੇ ਨਾਲ ਵੀ ਹੋਈ? ਸਾਡੇ ਨਾਲ ਹੀ ਹੋਈ ਹੈ ਜੀ, ਅਸੀਂ ਪਾਰਕ ਦੀ ਸੇਵਾ ਕਰਦੇ ਐਂ ਸਫਾਈ ਸਫੂਈ ਕਰਦੇ ਚੰਗੀ ਤਰ੍ਹਾਂ, 5-6 ਜਣੇ ਤੇ ਅਸੀਂ ਇਹਦੇ ਨਾਲ ਲੇਬਰ ਵਾਲੇ ਅੰਦਰ, ਅਤੇ ਜੱਜ ਸਾਹਿਬ ਆਏ ਬਾਹਰ, ਇੱਕ ਮੁੰਡਾ ਹੋਰ ਤਾਂ ਉਹਨਾਂ ਦਾ ਜਨਾਨੀ ਦੀ ਆ ਕੇ ਸਾਨੂੰ ਬਹੁਤ ਗਲਤ ਬੋਲੇ। ਉਹ ਕਹਿੰਦੇ ਕਿਉਂਕਿ ਉਹ ਬਾਹਰ ਨਿਕਲੋ ਰਹੇ, ਤੁਸੀਂ ਕਿਆ ਕਰਨਾ ਹੈ, ਤੁਹਾਡਾ ਕਿਆ ਮਤਲਬ ਆ ਰਿਹਾ ਦਾ, ਸਾਨੂੰ ਬਹੁਤ ਗਲਤ ਬੋਲੇ ਜੀ, ਸਾਡੇ ਨਾਲ ਇਨਸਾਫ਼ ਕੀਤਾ ਜਾਵੇ। ਕਿੰਨੇ ਬੰਦੇ ਸੀਗੇ ਤੁਸੀਂ? ਅਸੀਂ ਹੈਗੇ ਤਾਂ 6 ਬੰਦੇ ਅਤੇ 6-7 ਬੰਦੇ। ਫਿਰ ਉਦੋਂ ਤੁਸੀਂ ਫਿਰ ਵਾਪਸ ਆ ਗਏ ਜਾਂ ਕਿੱਦਾਂ? ਨਹੀਂ ਜੀ, ਅਸੀਂ ਉੱਥੇ ਰਹੇ, ਅਸੀਂ ਆਪਣੇ ਹੋਰ ਬੰਦੇ ਬੁਲਾ ਲਏ ਉੱਥੇ ਇਕੱਠੇ ਕਰ ਲਏ। ਤੁਹਾਡੇ ਸੀਨੀਅਰ ਅਫਸਰ ਪਹੁੰਚੇ? ਨਹੀਂ ਜੀ, ਸਾਰੀ ਅੱਗਾ ਸਾਹਿਬ ਪਹੁੰਚੇ ਅਤੇ ਹੋਰ ਕੋਈ ਨਹੀਂ, ਜੋਲੀ ਸਾਹਿਬ ਅਤੇ ਹਾਂਜੀ ਹਾਂ MC ਸਾਡੇ। ਕੀ ਤੁਸੀਂ ਕੀ ਚਾਹੁੰਦੇ ਹੋ ਕਿ ਹੋਣਾ ਚਾਹੀਦਾ? ਜਿਹੜੇ ਉਹਨੇ ਸਾਨੂੰ ਗਾਲਾਂ ਕੱਢੀਆਂ, ਗਲਤ ਬੋਲੇ, ਇਨਸਾਫ਼ ਹੋਣਾ ਚਾਹੀਦਾ ਸਾਡੇ ਨਾਲ। ਸਾਡੇ ਸਫਾਈ ਕਰਮਚਾਰੀ 17 ਤਰੀਕ ਨੂੰ ਸ਼ਨੀਵਾਰ ਨੂੰ ਸਨੀ ਇਨਕਲੇਵ ਦੇ ਵਿੱਚ ਇੱਕ ਪਾਰਕ ਦੀ ਸਫਾਈ ਲਈ ਗਏ ਸੀਗੇ ਜੀ।
ਐਕਚੁਅਲੀ ਇਹਨਾਂ ਨੂੰ ਉੱਥੇ ਜਿਹੜਾ ਉੱਥੇ ਦਾ ਕੌਂਸਲਰ ਹੈ ਹਰਿੰਦਰਪਾਲ ਸਿੰਘ ਜੌਲੀ ਉਹਨਾਂ ਨੇ ਬੁਲਾਇਆ ਸੀਗਾ ਅਤੇ ਇਹਨਾਂ ਦਾ ਸੁਪਰਵਾਈਜ਼ਰ ਹੈਗੇ ਸਾਡੇ ਅਮਰੀਕ ਸਿੰਘ ਜੀ ਇਹਨੂੰ ਲੈ ਕੇ ਉੱਥੇ ਪਹੁੰਚੇ ਅਤੇ ਉਹ ਪਾਰਕ ਦੀ ਸਫਾਈ ਕਰਨ ਲੱਗ ਪਏ ਜੋ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ। ਜਦੋਂ ਪਾਰਕ ਦੀ ਸਫਾਈ ਕਰਨ ਲੱਗੇ ਅੰਦਰੋਂ ਕਹਿੰਦੇ ਕੋਈ ਜੱਜ ਸਾਹਿਬ ਉੱਥੇ ਰਹਿੰਦੇ ਹੈ, ਸਾਨੂੰ ਜੋ ਪਤਾ ਲੱਗਿਆ ਕਿ ਟਰਮੀਨੇਟਰ ਹੈ ਉਸ ਟਾਈਮ ਪੋਸਟ 'ਤੇ ਕੰਮ ਨਹੀਂ ਹੈ, ਮੌਜੂਦਾ ਨਹੀਂ ਹੈ, ਅਤੇ ਉਹ ਆਏ ਉਹਨਾਂ ਦਾ ਬੇਟਾ ਆਇਆ ਤਾਂ ਆਉਂਦੇ ਸਾਰੇ ਇਹਨਾਂ ਨੂੰ ਕਹਿੰਦੇ ਹੈ ਜਦ ਸੁਜਕ ਸਿੱਧੀ ਗੱਲ ਕਰਕੇ ਵੀ ਤੁਸੀਂ ਪਾਰਕ ਦੇ ਵਿੱਚ ਕਿਵੇਂ ਵੜ ਗਏ, ਤੁਸੀਂ ਕੌਣ ਹੁੰਦੇ ਹੋ ਇੱਥੇ ਬਣਨ ਵਾਲੇ ਸਫਾਈ ਕਰਨ ਵਾਲੇ ਉੱਤੇ ਬਹੁਤ ਕੁਛ ਇਹਨਾਂ ਨੇ ਕਿਹਾ, ਤੁਸੀਂ ਇਹਨਾਂ ਦਾ ਬਿਆਨ ਵੀ ਲਏ ਹੋਣੇ। ਚਲੋ ਜੋ ਉਹਨਾਂ ਨੇ ਕਹੀ ਜੀ ਮੌਕੇ 'ਤੇ ਜਾਂ ਤਾਂ ਜੱਜ ਸਾਹਿਬ ਇਸ ਚੀਜ਼ ਨੂੰ ਰਿਲਾਈਜ਼ ਕਰ ਲੈਂਦੇ, ਉਹਨਾਂ ਦੀ ਫੈਮਿਲੀ ਕਰ ਲੈਂਦੀ, ਗੱਲ ਨਿਬੇੜ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਉਸਦੇ ਸ਼ਨੀਵਾਰ ਹੋਣ ਕਰਕੇ ਦਫ਼ਤਰ ਬੰਦ ਸੀਗਾ ਅਤੇ ਸਾਹਮਣੇ ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਚੰਡੀਗੜ੍ਹ ਸੀ ਉਸ ਟਾਈਮ, ਵੀ ਇੱਦਾਂ ਦਾ ਸਾਡੇ ਨਾਲ ਗੱਲ ਹੋ ਗਈ। ਮੈਂ ਇਹਨਾਂ ਨੂੰ ਕਿਹਾ ਵੀ ਸਵੇਰੇ ਬੰਦੇ ਇਕੱਠੇ ਕਰ ਲਓ, ਵੀ ਕੱਲ੍ਹ ਨੂੰ ਸੰਡੇ ਹੈ, ਤੁਸੀਂ ਕਿੱਥੇ ਆਪਣੇ ਬੰਦੇ ਇਕੱਠੇ ਕਰ ਲਓ, ਆਪਾਂ ਉੱਥੇ ਮੀਟਿੰਗ ਕਰ ਲੈਂਦੇ ਹਾਂ ਸੰਡੇ ਨੂੰ। ਇਹ ਕਹਿੰਦੇ ਪ੍ਰਧਾਨ ਜੀ ਕੱਲ੍ਹ ਨੂੰ ਸੰਡੇ ਹੈ, ਵੀ ਬੰਦੇ ਇਹਨਾਂ ਨੇ ਕੰਮ ਕਰਨੇ, ਉਹਨੇ ਬਾਹਰ ਜਾਣਾ ਹੁੰਦਾ, ਵੀ ਕੱਲ੍ਹ ਨੂੰ ਤਾਂ ਇਕੱਠੇ ਨਹੀਂ ਹੋ ਸਕਦੇ, ਸੋਮਵਾਰ ਨੂੰ ਰੱਖ ਲਓ। ਮੈਂ ਕਿਹਾ ਕੋਈ ਨਹੀਂ ਸੋਮਵਾਰ ਰੱਖ ਲਓ, ਸੋਮਵਾਰ ਆਪਾਂ ਦਫ਼ਤਰ ਇਕੱਠੇ ਕਰੇ ਜੀ, ਬੰਦੇ ਸਾਰੇ ਬੁਲਾਏ ਇਹ, ਇਹਨਾਂ ਦੇ ਮੈਂ ਬਿਆਨ ਲਏ ਅਤੇ ਇਹ ਕਹਿੰਦੇ ਪ੍ਰਧਾਨ ਜੀ ਸਾਡੇ ਨਾਲ ਬਹੁਤ ਧੱਕਾ ਹੋਇਆ, ਤੁਹਾਨੂੰ ਮਾਰਨ ਦੀ ਧਮਕੀਆਂ ਵੀ ਦਿੱਤੀਆਂ, ਵੀ ਸਾਨੂੰ ਹੋ ਸਕਦਾ ਉਹ ਕਹਿੰਦੇ ਹੋਰ ਸਾਡਾ ਨੁਕਸਾਨ ਨਾ ਕਰ ਦੇਵੇ, ਅਤੇ ਇਹਨਾਂ ਨੇ ਮੈਨੂੰ ਰਿਟਨ 'ਚ ਦਿੱਤਾ। ਉਹਦੇ ਬਾਅਦ ਮੈਂ ਇੱਕ ਨੋਟਿਸ ਬਣਾਇਆ ਜੀ, ਉਹ ਨੋਟਿਸ ਮੈਂ ਸਿੱਧੀ ਆਪਣੇ ਜੋ ਸਾਹਿਬ ਨੂੰ ਦਿੱਤਾ, ਮੈਂ ਜੋ ਸਾਹਿਬ ਸਾਡੇ ਮੁਲਾਜ਼ਮਾਂ ਇੱਦਾਂ ਦੀ ਮਿਸਬਿਹੇਵ ਹੋਇਆ ਜੀ, ਇਹ ਦੁਰਘਟਨਾ ਹੋਰ ਵੀ ਹੋ ਸਕਦੀ ਹੈ, ਕੋਈ ਹੋਰ ਬੜਾ ਹਾਦਸਾ ਵੀ ਹੋ ਸਕਦਾ ਇਹਨਾਂ ਦੇ ਨਾਲ, ਇਸ ਕਰਕੇ 2 ਦਿਨ ਦਾ ਅਲਟੀਮੇਟਮ ਮੈਂ ਪ੍ਰਸ਼ਾਸਨ ਨੂੰ ਦੇ ਰਿਹਾ, ਵੀ ਜਾਂ ਤਾਂ ਜੱਜ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜਾਂ ਇਹਨਾਂ ਗਰੀਬਾਂ 'ਤੇ ਮਾਫ਼ੀ ਮੰਗਵਾਈ ਜਾਵੇ ਜੋ ਇਹਨਾਂ ਨੂੰ ਕਹੇ ਗਲਤ ਸ਼ਬਦ ਕਹੇ, ਨਹੀਂ ਤਾਂ ਵੀ ਸਾਡਾ ਕੰਮ 2 ਦਿਨ ਬਾਅਦ ਬੰਦ। ਬਲੰਗ ਨਿਊਜ਼ ਲਈ ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।